ਦੇਖ ਬੈਠੇ ਮੇਰੇ ਸਾਰੇ ਭੈਣ ਭਰਾਵਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਅੱਜ ਮੈਂ ਖੂਹ ਤੇ ਹਾਂ ਤੇ ਮੈਂ ਤੁਹਾਨੂੰ ਅੱਜ ਖੂਹ ਦਾ ਟੂਰ ਕਰਾਉਣਾ ਤੇ ਬਜ਼ੁਰਗ ਸਾਡੇ ਜਿਹੜੇ ਆ ਉਹ ਕਿੱਦਾਂ ਰਹਿੰਦੇ ਸੀਗੇ। ਮੈਨੂੰ ਮੇਰੀ ਹੋਬੀ ਆ ਕਿ ਜਿੱਦਾਂ ਬਜ਼ੁਰਗ ਰਹਿੰਦੇ ਸੀ ਮੈਂ ਉੱਦਾਂ ਰਹਿਣਾ ਚਾਹੁੰਦਾ। ਇਹ ਅਮੈਰੀਕਾ ਦੇ ਵਿੱਚ ਮੈਂ ਬੈਠਾ ਇੱਥੇ, ਆਹ ਦੇਖੋ ਇੱਥੇ ਖੂਹ ਬਣਾਇਆ, ਤੂਤਾਂ ਵਾਲਾ ਖੂਹ ਆ ਜੀ, ਆਹ ਦੇਖੋ ਤੂਤ ਵੀ ਲਾਇਓ ਆ, ਆਹ ਦੇਖੋ ਤੂਤ ਲੱਗੇ ਵਾ ਪੂਰੇ ਐਨ। ਤੇ ਅੱਜ ਤਾਂ ਤੁਹਾਨੂੰ ਮੈਂ ਸਬਜ਼ੀ ਬਾਅਦ ਚੋਂ ਦਿਖਾਉਣਾ, ਸਾਰੀ ਤਰ੍ਹਾਂ ਦੀ ਸਬਜ਼ੀ ਔਰਗੈਨਿਕ ਸਬਜ਼ੀ ਆ ਸਾਰੀ। ਤੇ ਆਹ ਦੇਖੋ ਹੁਣ ਆਹ ਚੌਂਕਾ ਜੀ, ਅੱਗੇ ਹੁੰਦਾ ਸੀ ਤੂਤ ਦੇ ਲਾਗੇ ਚੌਂਕਾ, ਦੁਪਹਿਰ ਹੋਣੀ ਸ਼ਾਮ ਹੋ ਜਾਣੀ ਤੂਤ ਦੀ ਅੱਗ ਬਾਲ ਕੇ ਆ ਪਤੀਲੇ 'ਚ ਮੈਂ ਚਾਹ ਰੱਖੀ ਹੋਆ ਜੀ। ਤੇ ਚਾਹ ਕੁੰਡਾ ਘੋਟਣਾ ਕੋਲ ਆ, ਇੱਥੇ ਨਾਲ ਪਿਆ ਭੁਗਣਾ ਪਿਆ ਜੀ। ਤੇ ਚੈਂਟੇ ਦਾ ਪਤਾ ਨੀ, ਮੈਨੂੰ ਲੱਗਦਾ ਘਰ ਵਾਲੀ ਕਿਤੇ ਮਗਰ ਲੈ ਕੇ ਭੱਜੀ ਸੀ ਚੈਂਟਾ, ਤੇ ਉਹ ਕਿਤੇ ਖੇਤਾਂ 'ਚ ਕਿਤੇ ਡੈ ਪਿਆ, ਹੁਣ ਬਾਅਦ 'ਚ ਲੱਭ ਲੈਂਦੇ ਕੋਈ ਗੱਲ ਨੀ। ਆ ਜੀ ਮੰਜਾ ਡਾਇਆ, ਦੇਖੋ ਇਹਦੇ ਤੇ ਗੜਬੀ ਦਾ ਗਲਾਸ ਰੱਖਿਆ, ਇਹਦੇ ਵਿੱਚ ਮੈਂ ਚਾਹ ਬਹਿ ਕੇ ਪੀਣੀ ਹੈ। ਡੰਡਾ ਕੋਲ ਰੱਖਿਆ ਜੀ, ਦੇਖੋ ਪਾਣੀ ਕੋਲ ਆ, ਲਾਲਟਨ ਆ ਜਿਹੜੀ ਰਾਤ ਜਿੱਦਾਂ ਹੋ ਜਿਹੜੀ ਲਾਲਟਨ ਜਗਾ ਲੈਣੀ ਆ, ਇੱਥੇ ਬਹਿ ਕੇ ਤਸੱਲੀ ਨਾਲ ਬਹਿ ਕੇ ਪੀਣਾ। ਤਾਂ ਆਹ ਉੱਥੇ ਮੈਂ ਕਮਰਾ ਦਿਖਾ ਕੇ ਲੈ ਲਾ ਮੈਂ ਆਪਣੇ। ਗੱਲ ਕੁਛ ਨੀ ਸੀਗੀ, ਬਜ਼ੁਰਗਾਂ ਨੇ ਸਿਰਫ ਟਾਈਮ ਆਪਣਾ ਸਲੋ ਕੀਤਾ ਸੀ, ਆਪਾਂ ਟਾਈਮ ਬਹੁਤ ਫਾਸਟ ਕਰ ਲਿਆ, ਉਹ ਸਬਰ ਸੰਤੋਖ ਟਾਈਮ ਸੀ, ਉਹਨੇ ਟਾਈਮ ਬਹੁਤ ਸਲੋ ਕੀਤਾ ਸੀਗਾ। ਹੁਣ ਅੱਗੇ ਪਹਿਰ ਕਿੰਨੇ ਦੀ ਤੜਕਾ ਹੋ ਗਿਆ, ਸਵੇਰਾ ਹੋ ਗਿਆ, ਫਿਰ ਉਸ ਤੋਂ ਬਾਅਦ ਲੋਢਾ ਵੇਲਾ ਹੋ ਗਿਆ। ਹੁਣ ਤਾਂ ਸਵੇਰਾ ਹੁੰਦਾ, ਰਾਤ ਸਿੱਧੀ ਬੈੱਡ 'ਤੇ, ਸਵੇਰਾ ਫਿਰ ਕੰਮ 'ਤੇ। ਆਪਣੀ ਜਿਹੜੀ ਸਪੀਡ ਆ ਬਹੁਤ ਤੇਜ਼ ਆ, ਆਪਣੀ ਸਪੀਡ ਨੂੰ ਹੌਲੀ ਕਰੋ, ਜਿੰਨਾ ਤੁਸੀਂ ਹੌਲੀ ਕਰੋਗੇ ਸਪੀਡ ਨੂੰ ਉਨੀ ਲਾਈਫ ਸੋਹਣੀ ਹੋਊਗੀ। ਸਿਰਫ ਬਜ਼ੁਰਗਾਂ ਨੇ ਆਪਣੀ ਸਪੀਡ ਸਲੋ ਸੀਗੀ, ਤਾਂ ਉਹਨਾਂ ਦੀ ਲਾਈਫ ਬੜੀ ਖੁਸ਼ਹਾਲੀ ਖੁਸ਼ ਸੀਗੇ। ਖੂਹ ਹੁੰਦਾ ਸੀਗਾ, ਤੋ ਬੰਦੇ ਨੇ ਖੂਹ 'ਤੇ ਰਹਿਣਾ, ਜਨਾਨੀ ਨੇ ਘਰੇ ਕੰਮ ਕਰਨਾ, ਅਤੇ ਇੱਕ ਦੂਜੇ ਨਾਲ ਪਿਆਰ ਵੀ ਬੜਾ ਰਹਿੰਦਾ ਹੁੰਦਾ ਸੀ ਸ਼ਾਮ ਨੂੰ। ਮੈਂ ਆਹ ਦੇਖੋ ਜੀ ਨਲਕਾ ਲਾਇਆ ਜੀ, ਆਹ ਨਲਕਾ ਅਮਰੀਕਾ ਦੇ ਵਿੱਚ ਦੇਖੋ, ਇਹ ਪੂਰਾ ਨਲਕਾ ਆ, ਆਹ ਬਾਲਟੀ ਭਰੀਓ ਆ, ਆਹ ਸਵਾਹ ਦੇ ਨਾਲ ਭਾਂਡੇ ਮਾਂਜਦੇ ਪਿੱਤਲ ਦੇ, ਆਹ ਸਾਬਣ ਪਿਆ ਜੀ, ਆਹ ਦੇਖ ਲਓ ਕੱਪੜੇ ਧੋਣ ਵਾਲਾ ਸਾਬਣ, ਇਹੀ ਕੇਸੀ ਨਾਈ ਦਾ। ਆਹ ਝਾਵਾਂ ਜਿਹਨੂੰ ਅੱਜ ਰੌਲਾ ਪੈਂਦਾ, ਝਾਵੇਂ ਦਾ ਫੁੱਫੜ ਆ ਜੀ, ਇਹ ਥੋੜਾ ਸੋਲਿਡ ਆ। ਤੇ ਆਹ ਜਿਹੜਾ ਹੈਗਾ ਜੀ, ਇਹ ਕੱਪੜੇ ਧੋਣ ਵਾਲਾ ਸਾਬ, ਆਪਣੇ ਨਹਾਉਣ ਵਾਲਾ ਸਾਬਣ ਆ ਜੀ। ਤੇ ਇੱਥੇ ਜਿਹੜੀ ਮੈਂ ਇੱਕ ਸਕੂਨ ਦੀ ਜ਼ਿੰਦਗੀ ਜਿਵੇਂ ਕਿ ਉਹਨਾਂ ਪੁਰਾਣੇ ਬਜ਼ੁਰਗਾਂ ਦੇ ਘਰ ਇੱਦਾਂ ਹੁੰਦੇ ਸੀਗੇ, ਕਿੱਦਾਂ ਰਹਿੰਦੇ ਸੀ, ਉਹ ਕੱਚੇ ਮਕਾਨ ਹੁੰਦੇ ਸੀਗੇ, ਰਾਤ ਨੂੰ ਆਹ ਦੀਵੇ ਜਗਾ ਦੇਣੇ ਆ ਸਾਰੇ, ਦੇਖੋ ਆਲਾ ਹੁੰਦਾ ਸੀ ਇੱਥੇ ਦੀਵਾ ਜਗਾ ਦੇਣਾ। ਤੇ ਮੈਂ ਤੁਹਾਨੂੰ ਅੰਦਰੋਂ ਮੈਂ ਆਪਣਾ ਕਮਰਾ ਦਿਖਾਉਣਾ, ਤੇ ਆਹ ਦੇਖੋ ਜੀ ਅੰਦਰ ਸਾਡੇ ਬਜ਼ੁਰਗ ਇੱਦਾਂ ਭਾਂਡੇ ਸਾਂਭ ਕੇ ਰੱਖਦੇ ਆ, ਦੇਖੋ ਆਹ ਹੱਥਾਂ ਦੀ ਬਣਾਈ ਹੁੰਦੀ ਸੀਗੀ, ਤੇ ਆਹ ਭਾਂਡੇ ਆ ਜੀ ਸਾਰੇ ਪਿੱਤਲ ਦੇ ਭਾਂਡੇ ਸਾਂਭ ਕੇ ਇੱਦਾਂ ਰੱਖਣਾ, ਉਹਨਾਂ ਖਜ਼ਾਨਾ ਬੜਾ ਇਹ ਸਾਂਭਿਆ ਮੈਂ ਆਪਣੇ ਵੱਲੋਂ, ਬੜਾ ਸਕੂਨ ਆਉਂਦਾ। ਆਹ ਪੀਪਾ ਆ ਜੀ ਆਪਣਾ, ਆਹ ਮੰਜਾ ਆ, ਤੇ ਇੱਥੇ ਆਹ ਪੱਖੀ ਪਈ ਆ, ਦੇਖੋ ਜੀ ਪੱਖੀ ਵੀ ਹੈ, ਪੂਰਾ ਨਜ਼ਾਰਾ ਵੀ, ਇੱਥੇ ਏ ਸੀ ਦੀ ਲੋੜ ਨਹੀਂ, ਇੱਥੇ ਬਹਿ ਜਾਓ। ਆਹ ਦੇਖੋ ਖਿੜਕੀ ਆ, ਇੱਧਰੋਂ ਹਵਾ ਹੁੰਦੀ ਕ੍ਰੋਸ ਹੁੰਦੀ ਆ, ਅਤੇ ਇੱਦਾਂ ਖਿੜਕੀਆਂ ਰੱਖੀਆਂ ਹੁੰਦੀਆਂ ਸੀ। ਆਹ ਹੁੰਦਾ ਸੀ ਦੇਖ ਲਓ ਜੀ, ਆਹ ਝੋਲਾ ਹੁੰਦਾ ਸੀਗਾ, ਇਹ ਲੂਈ ਬਟੋਨ ਦਾ, ਜਾਂ ਪਰਾਡਾ ਦੇ ਝੋਲੇ ਚੱਕੀ ਫਿਰਦੇ, ਆਹੀ ਉਹਨਾਂ ਦਾ ਲੂਈ ਬਟੋਨ ਪਰਾਡਾ ਦੇ ਝੋਲੇ ਹੁੰਦੇ ਸੀਗੇ। ਆਹ ਦੋ ਚੀਜ਼ਾਂ ਹੁੰਦੀਆਂ, ਇੱਕ ਇੱਧਰ ਬੰਦਿਆਂ ਦੇ ਕੱਪੜੇ ਕੀਲੀ ਹੁੰਦੀ ਸੀ, ਬੰਦਿਆਂ ਨੇ ਆਪਣੇ ਕਲੋਥ ਉਠਾਉਣਾ, ਅਤੇ ਆਹ ਜਨਾਨੀਆਂ ਦਾ ਕਲੋਥ ਹੁੰਦਾ ਜੀ, ਇੱਥੇ ਆਪਣੇ ਅਤੇ ਆ ਪਰਨਾ ਇੱਧਰ ਟਾਂ ਕੇ, ਇੱਥੇ ਪਾਣੀ ਪਿਆ ਹੋਣਾ ਇੱਧਰਲੇ ਪਾਸੇ, ਅਤੇ ਇੰਨਾ ਕੁ ਸਰਮਾਇਆ ਹੁੰਦਾ ਸੀ, ਉਹ ਬੜਾ ਸਕੂਨ ਸੀ, ਕੋਈ ਲੜਾਈ ਨਹੀਂ ਚੜ੍ਹਾਈ ਨਹੀਂ, ਬੜੇ ਸ਼ਾਂਤੀ ਨਾਲ ਲਾਈਫ ਜੀ ਕੇ ਗਏ ਆ ਉਹ। ਆਹ ਦੇਖੋ ਪਾਣੀ ਬਾਹਰ ਵੀ ਦੇ ਰੱਖਣਾ ਉਹਨਾਂ ਨੇ, ਆਹ ਇਹ ਬੋਰੀ ਹੁੰਦੀ ਸੀ, ਬੋਰੀ ਦੇ ਉੱਤੇ ਵਿੱਚ ਇਹਦੇ ਗੰਢੇ ਜਾਂ ਮਤਲਬ ਉਹ ਰੱਖ ਲੈਣੇ ਆਪਣੇ ਆਲੂ, ਆਹ ਦਾਤੀ ਹੁੰਦੀ ਸੀ ਪੱਕੀ, ਇਹਦਾ ਸਾਗ ਚੀਜ਼ ਲੈਣਾ, ਸਾਗ ਬੀਜ ਲੈਣਾ, ਉਹ ਤਿੰਨ ਚੀਜ਼ਾਂ ਦੀ ਲੋੜ ਹੁੰਦੀ, ਰੋਟੀ ਕੱਪੜਾ ਔਰ ਮਕਾਨ, ਉਹਨਾਂ ਨੇ ਕਣਕ ਵਿੱਚ ਨਹੀਂ ਮਿੱਠਾ ਗੋੜ ਕਰ ਲੈਣਾ, ਠੀਕ ਹੈ ਨਾ। ਅਤੇ ਆਹ ਕੋਪਿਆ ਜੀ ਦੇਖੋ, ਕੋਪ ਵੀ ਬੰਨਿਆ ਪੂਰਾ ਐਨ, ਅਤੇ ਆਹ ਸੰਗਲਿਆ ਜੀ, ਅਤੇ ਆਹ ਜਿੱਦਾਂ ਮੱਝ ਨਾ ਸੰਗਲ ਤੜਾ ਕੇ ਚਲੀ ਗਈ ਆ, ਆਹ ਬੀਜ ਆ ਰੱਖਿਆ ਖਜ਼ਾਨਾ, ਜਿਹੜਾ ਪਰਮਾਤਮਾ ਨੇ ਖਜ਼ਾਨਾ ਇਹਦੇ ਵਿੱਚ ਭਰਿਆ ਆ, ਅਤੇ ਬੀਜ ਗਾਂਹ ਤਿਆਰ ਹੋ ਜਾਂਦਾ, ਇਹ ਗਾਂਹ ਦੇ ਗਾਂਹ ਬੀਜ ਚੱਲਦਾ ਰਹਿੰਦਾ। ਆਹ ਫਿਰ ਦੇਖੋ ਬਾਹਰ ਕੀਲੀ, ਅਤੇ ਆਹ ਇੱਥੇ ਪੌੜੀ ਹੁੰਦੀ ਸੀਗੀ, ਅਤੇ ਮੈਂ ਤੁਹਾਨੂੰ ਇੱਥੇ ਆਹ ਦੇਖੋ ਕੋਪਿਆ, ਫਿਰ ਆਹ ਕਮਾਦ ਬੀਜਿਆ ਜੀ, ਬਿਲਕੁਲ ਕਮਾਦ ਧੋ ਕੇ ਬੀਜਿਆ ਆ, ਹੁਣ ਗੁੜ ਕੱਢਣਾ ਆ,
ਤੇ ਗੁੜ ਆਪਣੇ ਹੋਰ ਮਹੀਨੇ ਦੋ ਮਹੀਨੇ ਨੂੰ ਗੁੜ ਕੱਢਾਂਗੇ ਇੱਥੇ, ਜਦੋਂ ਮਰਜ਼ੀ ਆਓ। ਤੇ ਆਹ ਦੇਖੋ ਆਹ ਮੈਂ ਬੰਨ ਕੇ ਹਟਿਆ ਪਾਸੋਂ ਚੌਥ ਜਾਏ, ਤੇ ਆਹ ਕਮਾਦੀ ਬੰਨੀ ਐਨ ਖੋਲ ਕੇ, ਤੇ ਇਹਦਾ ਆਪਾਂ ਹੁਣ ਗੁੜ ਕੱਢਾਂਗੇ ਜੀ ਸਾਰਾ। ਤੇ ਮੇਰਾ ਸ਼ੌਂਕ ਇੱਕ ਇਹ ਆ ਕਿ ਮੈਂ ਹਰੇਕ ਤਰ੍ਹਾਂ ਦਾ ਜਿਹੜਾ ਨਾ ਕੀ ਕਹਿੰਦੇ ਆ ਫਰੂਟ ਲਗਾਇਆ। ਜਦੋਂ ਵੀ ਤੁਸੀਂ ਜਿਹੜੇ ਮਰਜ਼ੀ ਮੌਸਮ 'ਚ ਆ ਜਾਓ, ਤੁਹਾਨੂੰ ਫਰੂਟ ਇੱਥੇ ਕੁਛ ਨਾ ਕੁਛ ਖਾਣ ਨੂੰ ਮਿਲਦਾ। ਇਹ ਨਹੀਂ ਜ਼ਰੂਰੀ ਹੈ ਕਿ ਰੋਟੀ, ਜੇ ਕੋਈ ਬੰਦਾ ਆਇਆ ਤਾਂ ਰੋਟੀ ਖਾਣੀ, ਤਾਂ ਇੱਥੇ ਜਦੋਂ ਟਾਈਮ 'ਤੇ ਤੁਸੀਂ ਆਓ ਹਰੇਕ ਤਰ੍ਹਾਂ ਦਾ ਫਰੂਟ ਮਿਲੂਗਾ। ਮੈਂ ਤੁਹਾਨੂੰ ਦਿਖਾਵਾਂਗਾ ਮਾੜਾ ਜਿਹਾ, ਅਤੇ ਇਹੀ ਮੇਰਾ ਹੁੰਦਾ ਕਿ ਫਰੂਟ ਖਾ ਲਓ। ਅਤੇ ਆਹ ਦੇਖੋ ਸਬਜ਼ੀ, ਆਹ ਭਿੰਡੀਆਂ ਲਾਈਆਂ ਜੀ, ਆਹ ਮਰਿੰਗਾ ਆ ਜੀ, ਮਰਿੰਗਾ ਤੁਸੀਂ ਗੂਗਲ 'ਚ ਸਰਚ ਕਰਿਓ। ਮਰਿੰਗਾ ਜਿਹੜਾ ਆ ਬੜੀ ਵਧੀਆ ਇਹ ਚੀਜ਼ ਆ, ਹਾਰਟ ਲਈ ਬਹੁਤ ਵਧੀਆ, ਸ਼ੂਗਰ ਨਹੀਂ ਹੁੰਦਾ। ਆਹ ਫਲੀਆਂ ਇਹਨੂੰ ਪੈ ਜਾਂਦੀਆਂ, ਮੋਰਿੰਗਾ ਪਾ ਕੇ ਗੂਗਲ 'ਚ ਦੇਖ ਲਓ ਇਹਦੀ ਵੈਲਿਊ ਕੀ ਆ, ਫਿਰ ਤੁਹਾਨੂੰ ਪਤਾ ਲੱਗਣਾ। ਆਹ ਭਿੰਡੀਆਂ ਦੇਖੋ ਘਰ ਦੀਆਂ,